ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਆਲੂ ਅਤੇ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣੀ ਆ। ਇਹਨੂੰ ਆਪਾਂ ਸਮਾਨ ਤਾਂ ਉਹੀ ਪਾਉਣਾ, ਥੋੜ੍ਹੇ ਜਿਹੇ ਨਵੇਂ ਤਰੀਕੇ ਨਾਲ ਬਣਾਵਾਂਗੇ। ਦੇਖੋ ਤੁਸੀਂ ਇਹਦੇ ਲਈ ਆਪਾਂ ਨੇ ਆਲੂ ਲਏ ਨੇ, ਸ਼ਿਮਲਾ ਮਿਰਚ ਲਈ ਆ, ਇਹਨੂੰ ਕੱਟ ਲਿਆ ਹੋਇਆ ਆਪਾਂ ਨੇ, ਆਲੂ ਵੀ ਧੋ ਕੇ ਸਾਫ਼ ਕਰ ਲਏ ਹੋਏ ਆ। ਹੁਣ ਆਪਾਂ ਇਹਨੂੰ ਇੱਕ ਪਾਸੇ ਕਰ ਦਾਂਗੇ, ਮਸਾਲਾ ਤਿਆਰ ਕਰਾਂਗੇ ਆਪਾਂ ਇਹਦੇ ਲਈ। ਸਭ ਤੋਂ ਪਹਿਲਾਂ ਆਪਾਂ ਆ ਦੇਖੋ ਆਪਾਂ ਲਿਆ ਅਦਰਕ, ਲਸਣ ਅਤੇ ਪਿਆਜ਼, ਇਹਨੂੰ ਆਪਾਂ ਚੋਪ ਕਰ ਲਾਂਗੇ। ਇੰਨਾ ਕੁ ਆਪਾਂ ਅਦਰਕ ਦਾ ਟੁਕੜਾ ਲਿਆ ਆ, ਇਹਨੂੰ ਆਪਾਂ ਕੱਟ ਕੇ ਇਹਦੇ ਵਿੱਚ ਪਾ ਲੈਣਾ ਚੋਪਰ ਦੇ ਵਿੱਚ, ਇਕੱਠੇ ਚੋਪ ਕਰ ਦੇਣਾ ਤਿੰਨੇ ਚੀਜ਼ਾਂ ਆਪਾਂ ਨੇ। ਇਹ ਤਿੰਨ ਪਿਆਜ਼ ਲਏ ਆਪਾਂ, ਛੋਟੇ ਸਾਈਜ਼ ਦੇ ਪਿਆਜ਼ ਨੇ, ਬਹੁਤੇ ਵੱਡੇ ਨਹੀਂ ਹੈਗੇ, ਤਿੰਨ ਲਏ ਤਾਂ ਕਰਕੇ ਥੋੜ੍ਹੇ ਜਿਹੇ ਵੱਡੇ ਹੋਣ, ਤੁਸੀਂ ਦੋ ਵੀ ਲਾ ਸਕਦੇ ਹੋ। ਇਹਨੂੰ ਆਪਾਂ ਹੁਣ ਕੱਟ ਕੇ ਥੋੜ੍ਹਾ ਮੋਟਾ ਹੀ ਕੱਟ ਲੈਣਾ, ਕਿਉਂਕਿ ਆਪਾਂ ਚੋਪ ਹੀ ਕਰਨਾ ਆ, ਬਰੀਕ ਕੱਟਣ ਦੀ ਲੋੜ ਨਹੀਂ ਆਪਾਂ ਨੂੰ। ਇਹ ਸਬਜ਼ੀ ਥੋੜ੍ਹੀ ਅਲੱਗ ਤਰੀਕੇ ਨਾਲ ਬਣਾਉਣੀ ਆ ਆਪਾਂ, ਟੇਸਟ ਬਹੁਤ ਫਰਕ ਪੈ ਜੂਗਾ, ਸਮਾਨ ਆਪਾਂ ਉਹੀ ਪਾਉਣਾ, ਕੁਛ ਐਕਸਟਰਾ ਨਹੀਂ ਪੈਣਾ ਹੈਗਾ ਉੱਚ ਜ਼ਿਆਦਾ, ਪਰ ਸਬਜ਼ੀ ਟੇਸਟੀ ਬਣੂਗੀ। ਪਿਆਜ਼ ਦੇਖੋ ਆਪਾਂ ਸਾਰੇ ਕੱਟ ਲਏ ਹੋਏ ਆ, ਆਪਾਂ ਇਹਨੂੰ ਹੁਣ ਚੋਪ ਕਰ ਲਾਂਗੇ। ਇੱਧਰ ਆਪਾਂ ਹੁਣ ਟਮਾਟਰ ਅਤੇ ਹਰੀਆਂ ਮਿਰਚਾਂ, ਇਹਦਾ ਮਿਕਸੀ ਦੇ ਵਿੱਚ ਇਹਦਾ ਬਰੀਕ ਪੇਸਟ ਬਣਾ ਲੈਣਾ ਆਪਾਂ ਨੇ, ਟਮਾਟੋ ਪਿਊਰੀ ਬਣਾ ਲਾਂਗੇ। ਹਰੀਆਂ ਮਿਰਚਾਂ ਅਤੇ ਤਿੰਨ ਟਮਾਟਰ, ਇੱਕ ਟਮਾਟਰ ਆਪਾਂ ਹੋਰ ਲਵਾਂਗੇ, ਤਿੰਨ ਟਮਾਟਰ ਕੱਟ ਲੈਣੇ ਆਪਾਂ, ਟਮਾਟਰ ਜ਼ਿਆਦਾ ਪਾਉਣੇ ਆ ਸਬਜ਼ੀ 'ਚ, ਇਹਨਾਂ ਟੇਸਟ ਵਧੀਆ ਹੋਊਗਾ, ਗ੍ਰੇਵੀ ਬਣ ਜੂਗੀ। ਹੁਣ ਆਪਾਂ ਦੇਖੋ ਤੇਲ ਆਪਣਾ ਗਰਮ ਹੋ ਰਿਹਾ ਆ, ਪੈਨ ਵਿੱਚ ਆਪਾਂ ਤੇਲ ਪਾਤਾ ਹੋਇਆ, ਸਰ੍ਹੋਂ ਦੇ ਤੇਲ ਸਬਜ਼ੀ ਬਣਾਵਾਂਗੇ, ਇਹ 'ਚ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ। ਇਹ ਤੇਲ ਗਰਮ ਹੋ ਗਿਆ, 'ਚ ਜੀਰਾ, ਜੀਰੇ ਦੇ ਨਾਲ ਆਪਾਂ ਪਿਆਜ਼ ਪਾ ਦਾਂਗੇ, ਪਿਆਜ਼ ਲਸਣ ਅਤੇ ਅਦਰਕ ਜਿਹੜਾ ਆਪਣਾ ਚੋਪ ਕੀਤਾ ਆਪਾਂ ਵਿੱਚ ਪਾ ਕੇ ਇਹਨੂੰ ਥੋੜ੍ਹਾ ਜਿਹਾ ਭੁੰਨਾਂਗੇ ਆਪਾਂ, ਜ਼ਿਆਦਾ ਨਹੀਂ ਬਸ, ਅਤੇ ਨਾਲ ਹੀ ਆਪਾਂ ਇਹ 'ਚ ਆਲੂ ਵੀ ਪਾ ਦੇਣੇ ਆ, ਤਿੰਨੋਂ ਚੀਜ਼ਾਂ ਆਪਾਂ ਇਕੱਠੀਆਂ ਭੁੰਨ ਲੈਣੀਆਂ ਨੇ। ਆਲੂ ਬਹੁਤ ਮੋਟੇ ਵੀ ਨਹੀਂ ਕੱਟੇ, ਬਰੀਕ ਵੀ ਨਹੀਂ ਕੱਟੇ ਹੈਗੇ, ਠੀਕ ਜਿਹੀ ਨਹੀਂ ਦੀ ਕਿ ਨਾਲ ਭੁੱਜਣ ਪਿਆਜ਼ਾਂ ਦੇ, ਇਹ ਬਸ ਥੋੜ੍ਹੀ ਦੇਰ ਢੱਕ ਜਾਵਾਂਗੇ ਆਪਾਂ ਇਹਨਾਂ ਨੂੰ, ਇੱਕ ਆਲੂਆਂ ਦਾ ਮਾਇਸਚਰ ਹੁੰਦਾ ਵਿੱਚ ਅਤੇ ਥੱਲੇ ਨਹੀਂ ਲੱਗਦੇ ਹੈਗੇ। ਦੇਖੋ ਆਪਣੇ ਆਲੂ ਹੋ ਗਏ ਹੋਏ ਆ, ਭੁੱਜ ਗਏ ਹੁਣ ਥੋੜ੍ਹੇ ਜਿਹੇ, ਇਹ 'ਚ ਆਪਾਂ ਹੁਣ ਲੂਣ, ਮਿਰਚ ਅਤੇ ਹਲਦੀ ਪਾ ਦਾਂਗੇ। ਆਲੂ ਪਿਆਜ਼ ਥੋੜ੍ਹੇ ਜਿਹੇ ਭੁੰਨ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਫਿਰ ਇਹ ਸਮਾਨ, ਨਾਲੇ ਆਪਾਂ ਟਮਾਟਰ ਦੀ ਪਿਊਰੀ ਜਿਹੜੀ ਬਣਾਈ ਉਹ ਪਾਤੀ ਹੁਣ ਆਪਾਂ ਨੇ ਵਿੱਚ, ਇਹਦੇ ਤਿੰਨ ਟਮਾਟਰ ਅਤੇ ਦੋ ਹਰੀਆਂ ਮਿਰਚਾਂ ਪਾਈਆਂ ਸੀ, ਬਾਕੀ ਆਪਾਂ ਲਾਲ ਮਿਰਚ ਪਾਈ ਆ, ਵਿੱਚ ਆਪਾਂ ਸ਼ਿਮਲਾ ਮਿਰਚ, ਹੁਣ ਸ਼ਿਮਲਾ ਮਿਰਚ ਪਾਵਾਂਗੇ ਬਾਅਦ 'ਚੋਂ, ਕਿਉਂਕਿ ਆਲੂ ਆਪਣੇ ਪਹਿਲਾਂ ਰਿੱਝ ਗਏ ਹੋਏ ਆ, ਸ਼ਿਮਲਾ ਮਿਰਚ ਬਹੁਤ ਜਲਦੀ ਰਿੱਝ ਜਾਂਦੀ ਤਾਂ ਕਰਕੇ ਆਪਾਂ ਬਾਅਦ 'ਚੋਂ ਪਾਈ ਆ, ਇਹ ਥੋੜ੍ਹੀ ਦੇਰ ਹੀ ਢੱਕ ਦੇਵਾਂਗੇ ਆਪਾਂ ਇਹਨੂੰ। ਹੁਣ ਸਬਜ਼ੀ ਦੇਖੋ ਆਪਣੀ ਰਿੱਝ ਰਹੀ ਆ, ਥੋੜ੍ਹੀ ਦੇਰ ਹੋਰ ਹੋ ਜਾਵੇ, ਆਲੂ ਆਪਣੇ ਚੰਗੀ ਤਰ੍ਹਾਂ ਬਣ ਜਾਣ, ਸਬਜ਼ੀ ਦਾ ਕਲਰ ਦੇਖੋ ਵਧੀਆ ਆ ਗਿਆ ਹੋਇਆ, ਤਕਰੀਬਨ ਬਣ ਗਈ ਆ ਸਬਜ਼ੀ ਹੁਣ ਆਪਣੀ। ਇਹ 'ਚ ਹੁਣ ਆਪਾਂ ਪਾ ਦਾਂਗੇ ਉੱਪਰ ਲਾਸਟ ਵਾਲੇ ਜਿਹੜੇ ਮਸਾਲੇ ਪਾਉਂਦੇ ਹਾਂ, ਕਸੂਰੀ ਮੇਥੀ ਪਾਵਾਂਗੇ ਅਤੇ ਧਨੀਆ ਪਾਊਡਰ, ਇਹ ਦੋਨੇ ਚੀਜ਼ਾਂ ਪਾ ਕੇ ਆਪਾਂ ਸਬਜ਼ੀ ਨੂੰ ਥੋੜ੍ਹੀ ਦੇਰ ਹੀ ਢੱਕ ਦੇਣਾ, ਹਿਲਾ ਦੇਣਾ ਹੈ ਬਸ। ਸਬਜ਼ੀ ਦੇਖੋ ਆਪਣੀ ਬਣ ਕੇ ਤਿਆਰ ਹੋ ਚੱਲੀ ਆ। ਫਰੈਂਡ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਹਾਂ, ਤੁਸੀਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਹਨੂੰ ਲਾਈਕ ਜ਼ਰੂਰ ਕਰੋ ਅਤੇ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਆ ਕਰੋ। ਸਬਜ਼ੀ ਦੇਖੋ ਬਣ ਕੇ ਬਹੁਤ ਸੋਹਣੀ ਤਿਆਰ ਹੋ ਗਈ, ਹੁਣ ਤੁਸੀਂ ਇੱਦਾਂ ਦੀ ਬਣਾਇਓ, ਪਲੀਜ਼ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ। ਓਕੇ, ਥੈਂਕਸ ਫੋਰ ਵਾਚਿੰਗ।